ਜਿਹੜੀਆਂ ਬਛੜੀਆਂ ਹਨ ਉਹਨਾਂ ਦੇ ਸੇਵਨ ਲੈ ਭਲੇ ਬਛੜੇ ਜੀਵਨ ਸਤਿਕਾਰ ਰਸੂਲ ਦੀ ਜੀ ਦਾ ਅੱਲਾ ਸੁਲਤਾਨ ਦੇ ਦਰਗਾਹ ਬੁਲੰਦ ਫਰਮਾਵੇ। ਮੈਂ ਤੇ ਚਾਰ ਸਫਰੇ ਬੈਠ ਜਰੀਏ ਬਸ਼ੀਰ ਹੁਸੈਨ ਦੀਗਰ ਦਾ ਵੇ ਲੈ ਜਿਹੜੀਆਂ ਬਚ ਗਈਆਂ ਹਨ ਉਹਨਾਂ ਦੇ ਜ਼ੇਵਰ ਲਾਲਾ ਸ਼ਕੀ ਲਹਿ ਹੈ ਬੰਦੇ ਚੁੱਪ ਕਰ ਗਏ 122 ਜ਼ੁਬਾਨਾਂ ਬਚ ਗਈਆਂ ਹਨ। ਨਾਮੀਆਂ ਜਿਹੜੀ ਇਮਾਮ ਹੁਸੈਨ ਅਲੈਹ ਸਲਾਮ ਵੀ ਜਨਾਜ਼ੇ ਪਹੁੰਚੇ ਅੱਲਾ ਗਵਾਹ ਹੈ ਮਰਦਾਂ ਦੇ ਚੈਨਸ ਤੇ ਅਕਬਰ ਦੀ ਨਗਰੀ ਚ ਚੈਨਸ ਜਨਾਬੇ ਸਜਾਦ ਚੈਨ ਪੂਰਾ ਸਾਲ ਪਿਓ ਦੇ ਕਾਤਲ ਦੇ ਸ਼ਹਿਰ ਤੇ ਪਰਦਾ ਦਾਰਾ ਤੁਸੀਂ ਚੁੱਪ ਕਰ ਗਏ ਜਿਵੇਂ ਸਾਹਿਬ ਮਕਾਤਲ ਲਿਖਿਆ ਵਾਲਾ ਫਿਆਲ ਅਗਰ ਮੈਂ ਉਹ ਖੋਲ ਕੇ ਪੜਾ ਮਰ ਤਾਂ ਨਹੀਂ ਪਰਦੇ ਕੋਈ ਮਸਤੂਰ ਯਕੀਨਨ ਮਰ ਗਏ ਸੀ ਬਾਬਾ ਮਹਮਲ ਬਹਿਗਨ ਦਾਰ ਹਿਜਾਰਾ ਦੇ ਬੂਹੇ ਤੇ ਇਹ ਲਾਲਾ ਜਿਹੜੀਆਂ ਬਚ ਗਈਆਂ ਹੈ ਸਵਾਰ ਥੀਂਦੀਆਂ ਪਈਆਂ ਜਿਹਨਾਂ ਕੋ ਗਾਦੀ ਸਵਾਰ ਕਰਾਇਆ ਹੈ ਆਪ ਵਧੀਆਂ ਥੀਂਦੀਆਂ ਲੱਖ ਦਫਾ ਬਾਬਾ ਅੱਛਾ ਖਾਲੀ ਝੋਲੀ ਬਸ਼ੀਰ ਹੁਸੈਨ ਨਹੀਂ ਆਲੀਆ ਬੀਬੀ ਦੀ ਝੋਲੀ ਬਾਦਸ਼ਾਹ ਇਮਾਮ ਹੁਸੈਨ ਅਲੈਹ ਸਲਾਮ ਦਾ ਸਾਰੇ ਛੋਟੀ ਬੀਬੀ ਦੀ ਝੋਲੀ ਗਾਜ਼ੀ ਦਾ ਸਾਰੇ ਅਲੀ ਅਕਬਰ ਦੀ ਅੰਮਾ ਦੀ ਝੋਲੀ ਸ਼ਾਹਜ਼ਾਦੇ ਪਾਕ ਦਾ ਸਾਰੇ ਅਮੀਰ ਕਾਸਮ ਦੀ ਅੰਮਾ ਦੀ ਝੋਲੀ ਸ਼ਾਹਜ਼ਾਦਾ ਅਮੀਰ ਕਾਸਮ ਦਾ ਸਾਰੇ ਅਲੀ ਅਸਗਰ ਦੀ ਮਾਂ ਦੀ ਝੋਲੀ ਨਿੱਕਾ ਜੀਆਂ ਅਲੀ ਅਸਗਰ ਦਾ ਸਾਰੇ ਮੁਹੰਮਦ ਸ਼ਫੀ ਪੇਕੇ ਸਵਾਰੀ ਵਾਲਾ ਜਿਹੜੀ ਹੋਵੇ ਚਾਹੇ ਨਾਨਕਾ ਸ਼ਹਿਰ ਸਾਹਮਣੇ ਆਉਂਦੇ ਬੱਚੇ ਬਸ਼ੀਰ ਸਾਨੂੰ ਠੀਕੜਦੇ ਇੱਕ ਵਾਰੀ ਦਿਨ ਇੱਕ ਵਾਰੀ ਦੀ ਗੱਲ ਬਾਈ ਪੈਸਨ ਬੱਚੇ ਮਾਵਾਂ ਤੋਂ ਦੇਖ ਕੇ ਅਕਸਰ ਉਹ ਨਾਨੇ ਦਾ ਘਰ ਉਹ ਛੋਟੇ ਮਾਮੇ ਦੀ ਹਵੇਲੀ ਉਹ ਵੱਡੇ ਮਾਮੇ ਦਾ ਘਰ ਬਾਬਾ ਬੱਚੇ ਨੌ ਹਨ ਉੱਠੀ ਖੜੇ ਤੇ ਮਾਵਾਂ ਦੀ ਗੱਲ ਬਾਈ ਪਾ ਕੇ ਧਰਮਾ ਫੁੱਫੀ ਮਸੂਮਾਂ ਦੀ ਕਬਾਰੀ ਆ ਗਈ ਸੋਹਣਿਆ ਸੁਭਾਵ ਖਿਆਲ ਸਾਹਿਬ ਜੀ ਆ ਗਏ ਅੱਛਾ ਉੱਠ ਜਾ ਬਾਂਦੇ ਵਧਿਆ ਫਰਦਾਦਾਰ ਲਹਿਣ ਲੱਗਾ ਆਦੇ ਵਹਿਣ ਸਭ ਤੋਂ ਪਹਿਲੇ ਲੱਥੀਏ ਮਾਸ ਕਰ ਕਬਰ ਕੁਹਾ ਨਾਲ ਲਾ ਕੇ ਅਦੀਏ ਸਾਰੇ ਜ਼ੇਵਰ ਲੈ ਅਦੀਏ ਸ਼ੁਕਰ ਲਹਿ ਗਏ ਵੇ ਮੈਦੇ ਤੇ ਨਹੀਂ ਲੱਥੇ ਅਮਲੇ ਕਰਬਲਾ ਵੇ ਸੋ ਖਬਰਾਂ ਬਣ ਗਈਆਂ ਹੁਸੈਨ ਅਲੀ ਅਸਗਰ ਦੀ ਖਬਰ ਲੱਪੋਈ ਮੁਹੰਮਦ ਬਾਕਿਰ ਕੋ ਨਾਲ ਲਾ ਕੇ ਦਰਿਆ ਤਮਸ਼ਕੀ ਦਾ ਪਾਣੀ ਦਾ ਭਰ ਕੇ ਮੇਰੇ ਵੀਰ ਦੀ ਕਬਰ ਤੇ ਛੜਕਾ ਕਰਕੇ ਆਖੇ ਉਹ ਇਹਦੇ ਲੱਭਦਾ ਨਹੀਂ ਆਲੀ ਬੀਬੀ ਬਜ਼ਾਰ ਕੁਹਾਨ ਨਾਲ ਲਾਏ ਸਾਰੇ ਸੇਵਾ ਮਹਿ ਗਏ ਨਾ ਦੀ ਅੰਮਾ ਜਿਹਦਾ ਵਤਨ ਵੈਸੇ ਮਰ ਗਈ ਹੁਸੈਨ ਜੀਦੀ ਵਧੀ ਹੋਵੇ ਮੇਰੀ ਭੇਣ ਕੋ ਮੇਰੀ ਤਰਫਾਂ ਨਾ ਲਾ ਕੇ ਆਖੇ ਮੇਰੇ ਵੱਡਾ ਅਰਮਾਨ ਲੱਗਾ ਹੈ ਨਾ ਇਹ ਮਹਮਲ ਕੋ ਲੱਥੀ ਆਵੇ ਤੇ ਜਾਏ ਲੈ ਆਈਏ ਨਾ ਅਲੀ ਅਕਬਰ ਦੀ ਲਾਸ਼ ਮੈਂ ਸ਼ੁਕਰ ਪੜਾਈ ਜੋ ਲਹਿ ਗਈ ਆਵੇ ਬਰਛੀ ਤਾਂ ਨਹੀਂ ਦਿੱਤੀ ਅੱਛਾ ਅਚਾਨਕ ਨਾ ਲੱਖ ਦਫਾ ਕਾ ਮਸੂਮਾ ਬੀਬੀ ਦੀ ਮਜ਼ਾਰ ਹਲਣ ਲੱਗ ਗਈ ਚਾਚੀ ਤੁਸਾਂ ਚੁੱਪ ਕਰ ਗਏ ਉਹ ਫਰਮੇ ਬੀਬੀ ਜਿੱਥੇ ਫਜ਼ਲ ਦੀ ਮਾਂ ਗਾਜ਼ੀ ਦਾ ਸਰ ਚਾਹੀ ਬੈਠੀਏ ਹੁਸੈਨ ਦੀ ਧੀ ਦੀ ਖਬਰ ਦੇ ਪਾਣੀ ਰੱਖਿਆ ਧੀਏ ਬਹਿਰਾ ਚਾਚਾ ਮਾਫੀ ਮੰਗਣਾ ਹੈ ਮੈਂ
ਅੱਛਾ ਮੈਂ ਇੱਕ ਇੱਕ ਬੀਬੀ ਦਾ ਵੀ ਤਾਂ ਆਪਣਾ ਟਾਈਮ ਬਹੁ ਲੱਗ ਪਿਆ ਸੀ ਜ਼ਾਕਿਰ ਮੇਰੇ ਤੂੰ ਚੰਗੇ ਹੁਸੈਨ ਦੇ ਮੈਂ ਬੈਠੇ ਅਰਸ਼ਾਂ ਦੇ ਰੱਜ ਲੱਗਣੇ ਅੱਲਾ ਇਹਨਾਂ ਸਾਰਾ ਵੱਡੇ ਇਹਨੂੰ ਵੱਧ ਵੱਡਾ ਬਣਾਵੇ ਬਖਤਾ ਵਾਲਾ ਜ਼ਾਕਿਰ ਬਣਾਵੇ ਅਤੇ ਬਾਬਾ ਮੈਂ ਜਨਾਬ ਸੱਜਾਦ ਦਾ ਵੀ ਤਾਂ ਪੜ੍ਹ ਲੈਵਾਂ ਸਦਕੇ ਠੀਕ ਹੋ ਪੰਜ ਵੈਨ ਜਿੰਦਨ ਪਹਿਲਾ ਪਹਿਲਾ ਵੈਨ ਕਰਕੇ ਸਰ ਮੇਰੇ ਸੰਜੀਵ ਠੰਡੇ ਕਰਨ ਵਾਲੀ ਵੈਨ سوال کرچدی آئی قبر بڑ گئی اسے سجاد بابے کو میں دفنایا ہو سی جناب فرمانے لگے نے صبح تھی ویا زندان دی چھت کوئی نہیں پکھی گزرے نا تے پھر گزر دے رہا ہے نا دے دی راویا وقت بہ ونیا جے نے دیگر ڈھلیا سجا دا تے قیامت ہویا پکھی کو دیکھ کے ادھی ہن کن پے ونن میں ادھا میں اپنے اپنے وقت تے ادھی انہاں دے وقت ہن میں ادھا میں ہاں مسوما ادھی پکھی ولے ونن اسا نہ ہوئے سو غریب ادھائی بیا ہر کہے وجڑا ہے کہیں اٹھائی رہا ہے میں لکھ دفعہ صدقے میرے کنڈے کڈھن والی بھیم کبرا علامہ حسین بجارا فرمے دھر منہ نہ کڈھن جتھا سائی کڈھے نا پوانی آبانی آدھی پیر ودھا کنڈے کڈھا غریب آدھائی ہاتھ پا بندی نی آدھی آئی بھیم تو پیر ودھا کیولا سیر فرمے میں اپنا منہ سجا دیا تلیاں تے وانج رکھ دیا ہی منہ نال کنڈے کڈھیا پوسے لے کے آ دیا ہی سجا تو کوئی کنڈا تے چڑھن دے جا رہا ہے یہ سونے یا سو بابا یقینا انہاں دے ارواح موجود ہیں آزادار ذاکر ہیں میری سہر تے یقینا انہاں دے ارواح موجود ہیں اللہ ہمیں انہاں دی روحاں کو سکون ملے تے ذکر حسین جو وڈا تحفہ مرحومین واسطے بھی اللہ بنائے اونی وجہ ہے ذکر توحید مجلس چوں دے ذکر انبیاء مجلس چوں دے صالحین دا ذکر مجلس چوں دے قران پاک دا ذکر مجلس چوں دے احادیث دا ذکر مجلس چوں دے غریب دے کم دا ذکر غریب دی غربت دا ذکر علماء لکھدن کبیرہ گناہ معاف ہوندن حسین دے روواں اللہ گواہ ہے بہت تحفہ وڈا ہے مرحوم امین واسطے حسین دا ذکر میں لکھ دفعہ سبیتی ماں انہاں دی روح والا بھاوے موجود ہیں میں سکتے ایک وین کی تس استاد ہونی پڑھتے ہیں درجات بلند ہونے پر میں نے رہن کر کے آخر میں کو شام دے راہ تسلیاں دے منا دی ہے اللہ جان کوئی بندہ فیاض ساری گل سمجھیے درجات بلند ہونے دی تشریح کرے میں میرا استاد ادائی مجلس دے وچ نال دے گھر دی چار کٹھیاں بہن پردے ہوویں چپ کر گئے نے چار سکھیاں بہن ہوویں پردے دے گھر نال ہوویں مجلس پاک دے استقام دے ادھاری آوانے بدل آوانے بارش لہ کوئے نال انہ دے ہوئے چار سالا بھیرا وہ دھیان دیڑنی اپر دادار سن کہیں کہیں دا دامر نہ تھے اکسن ویر سب بھیرا گول دے ہو وہ دھیان دیلے بھیری کرسن ہر قدم تے بائی بھیر بھیرا کچھ سی بھیری دیا شکرا دے کے چار سالا بھیرا سی دھباؤ نہیں میں تیرے نال ہاں میرا استاد آدھائی جنا بازار وچ پتھر دی بارش ودھدی آئی سجا دیوار وچ ایک لگ کے بہ ونے ہاں داڑھی چمکیا وی آئی گھبرا نہیں میں تیرے نال نہا دی پئی سونیا سلام میں خوش کر ہاتھ میں
تک محنت کی میرے سر دلا میں اللہ کی عدالت کیویں پیش کساں سجاد آج میری حسرت تے میرے زیور لہا سن گن سو غریب ہے کیوں نہ بھیندی زیور ادھی اے دائرے میں کو ملانا دے نہ اسرار میں کو گل نہ لا سکدی اللہ جانے تے کی سنے میں بسم اللہ کر بابا in my حسرت پوری کی لگا غریب حسرت رسا سونا بیٹھا رونے بھری جوانی پہ لگوائے حسرت رسا کبھی چوئے